ਹਾਲੇਲੂਯਾ ਸੋ ਨਾ ਬੋਲੋ ਹਾਲੇਲੂਯਾ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਪਰਮੇਸ਼ਵਰ ਨੇ ਕਿਹਾ ਅਗਰ ਕਲੀਸਿਆ ਉਨਤੀ ਪਾਣਾ ਚਾਹੁੰਦੀ ਹੈ ਤੇ ਮੈਂ ਕੀ ਦਵਾਂਗਾ ਕਲੀਸਿਆ ਨੂੰ ਪ੍ਰੇਰਿਤ ਪ੍ਰੋਫੈਟਸ ਇਵੈਂਜਲਿਸਟ ਪਾਸਟਰ ਤੇ ਪਾਸਟਰ ਜਿਹੜਾ ਉਹ ਟੀਚਰ ਵੀ ਹੋਏਗਾ ਪੁਰਾਣੇ ਨਿਯਮ ਦੇ ਵਿੱਚ ਵੀ ਸੇਮ ਸੀਗਾ ਪਰਮੇਸ਼ਵਰ ਨੇ ਕਿਹਾ ਮੈਂ ਲੋਕਾਂ ਨੂੰ ਛੁਡਾਵਾਂਗਾ ਪਰ ਮੈਂ ਆਪਣੇ ਇੱਕ ਬੰਦੇ ਨੂੰ ਭੇਜਾਂਗਾ ਆਪਣੇ ਇੱਕ ਨਬੀ ਨੂੰ ਭੇਜਾਂਗਾ ਨਵੇਂ ਨਿਯਮ ਦੇ ਵਿੱਚ ਬਾਈਬਲ ਦੱਸਦੀ ਹੈ ਪੌਲੁਸ ਜਿਹੜਾ ਸੀਗਾ ਉਹ ਪਰਮੇਸ਼ਵਰ ਦੇ ਦੁਆਰਾ ਡਾਇਰੈਕਟ ਚੁਣਿਆ ਗਿਆ ਪ੍ਰੇਰਿਤ ਨਹੀਂ ਸੀਗਾ ਜਦ ਤੱਕ ਪਰਮੇਸ਼ਵਰ ਸਵਰਗ ਦੇ ਵਿੱਚ ਨਹੀਂ ਗਏ ਤਦ ਤੱਕ ਪੌਲੁਸ ਚੁਣਿਆ ਨਹੀਂ ਸੀ ਗਿਆ ਸਵਰਗ ਜਾਣ ਤੋਂ ਬਾਅਦ ਪਰਮੇਸ਼ਵਰ ਦੇ ਪੌਲੁਸ ਨੇ ਕਲੀਸਿਆ ਨੂੰ ਸਤਾਉਣਾ ਸ਼ੁਰੂ ਕੀਤਾ ਔਰ ਉੱਥੇ ਪਰਮੇਸ਼ਵਰ ਨੇ ਉਹਨੂੰ ਦਰਸ਼ਨ ਦਿੱਤਾ ਉਹ ਅੰਨਾ ਹੋਇਆ ਤੁਹਾਨੂੰ ਸਟੋਰੀ ਪਤਾ ਹੈ ਉਸ ਤੋਂ ਬਾਅਦ ਉਹ ਪ੍ਰੇਰਿਤ ਦੀ ਸੇਵਕਾਈ ਦੇ ਲਈ ਚੁਣਿਆ ਗਿਆ ਰੋਮੀਓ 16 ਜਿੱਥੇ ਉਹ ਨਮਸਕਾਰ ਕਰ ਰਿਹਾ ਸਾਰਿਆਂ ਨੂੰ ਪੱਤਰੀ ਦੇ ਵਿੱਚ ਜੈਮਸੀ ਲਿਖ ਰਿਹਾ ਉੱਥੇ ਵੀ ਉਹ ਦੱਸ ਰਿਹਾ ਕਿ ਬਰਨਬਾਸ ਔਰ ਮੈਂ ਜਿਹੜੇ ਪ੍ਰੇਰਿਤਾਂ 'ਚ ਨਾਮੀ ਹੈ ਯਾਨੀ ਬਹੁਤ ਸਾਰੇ ਲੋਕ ਜਿਹੜੇ ਪ੍ਰੇਰਿਤ ਸਨ ਬਾਈਬਲ ਦੱਸਦੀ ਲੋਕ ਕਹਿੰਦੇ ਹੈ ਕਿ ਪ੍ਰੇਰਿਤ ਖਤਮ ਹੋ ਗਏ ਜੀ ਉਹ 12 ਹੀ ਸੀਗੇ ਬਸ ਉਹਨਾਂ ਤੋਂ ਬਾਅਦ ਕੋਈ ਪ੍ਰੇਰਿਤ ਨਹੀਂ ਹੈ ਸਿਰਫ ਪਰਮੇਸ਼ਵਰ ਨੇ ਪਾਸਟਰ ਚੁਣੇ ਆਪਣੀ ਆਤਮਾ ਨਾਲ ਉਹ ਕੰਮ ਕਰਦਾ ਅਗਰ ਬਾਈਬਲ 'ਚ ਉਹ ਪ੍ਰੇਰਿਤ ਖਤਮ ਸੀਗੇ ਤੇ ਪਰਮੇਸ਼ਵਰ ਨੇ ਆਪਣੇ ਵਚਨ 'ਚ ਆਪਣੇ ਜੀ ਉੱਠਣ ਤੋਂ ਬਾਅਦ ਸਵਰਗ ਜਾਣ ਤੋਂ ਬਾਅਦ ਕਿੰਨੇ ਸਾਲ ਬਾਅਦ ਇਫਸੀਆਂ ਦੀ ਪੱਤਰੀ ਲਿਖੀ ਗਈ ਉੱਥੇ ਪਰਮੇਸ਼ਵਰ ਦਾ ਵਚਨ ਲਿਖਦਾ ਕਿ ਮੈਂ ਕਲੀਸਿਆ ਨੂੰ ਸਿੱਧ ਕਰਨ ਵਾਸਤੇ ਕੌਣ ਦਵਾਂਗਾ ਕਲੀਸਿਆ ਨੂੰ ਪ੍ਰੇਰਿਤ ਪ੍ਰੋਫੈਟਸ ਪਾਸਟਰਸ ਇਵੈਂਜਲਿਸਟ ਟੀਚਰਸ ਪਾਸਟਰ ਦੇ ਟੀਚਰ ਇਕੱਠੇ ਮੈਂ ਚਾਰ ਤਰ੍ਹਾਂ ਦੇ ਲੋਕ ਕਲੀਸਿਆ ਨੂੰ ਦਵਾਂਗਾ ਤਾਂ ਕਿ ਕਲੀਸਿਆ ਕੀ ਹੋਵੇ ਪਵਿੱਤਰ ਲੋਕ ਸਿੱਧ ਹੋਣ ਸੇਵਾ ਦਾ ਕੰਮ ਕੀਤਾ ਜਾਵੇ ਔਰ ਮਸੀਹ ਦੀ ਦੇਹ ਜਿਹੜੀ ਹੈ ਉਨਤੀ ਪਾਏ ਹਾਲੇਲੂਯਾ ਲੋਕ ਬੋਲਦੇ ਪ੍ਰੇਰਿਤ ਖਤਮ ਹੋ ਗਏ ਉਦੋਂ ਹੀ 12 ਸੀਗੇ ਬਸ ਚਮਤਕਾਰ ਵੀ ਉਦੋਂ ਹੀ ਸੀਗੇ ਜੀ ਬਸ ਅਗਰ ਉਦੋਂ ਹੀ ਸੀਗੇ ਤੇ ਫਿਰ ਪਰਮੇਸ਼ਵਰ ਨੂੰ ਲਿਖਣ ਦੀ ਕੀ ਲੋੜ ਸੀ ਕਿ ਕਲੀਸਿਆ ਖਤਮ ਹੋ ਗਈ ਕਿ ਮਸੀਹ ਦੀ ਦੇਹ ਅੱਜ ਹੈਗੀ ਹੈ ਕਿ ਨਹੀਂ ਹੈਗੀ ਕੌਣ ਹੈ ਮਸੀਹ ਦੀ ਦੇਹ ਤੁਸੀਂ ਮਸੀਹ ਦੀ ਦੇਹ ਹੋ ਮੈਂ ਮਸੀਹ ਦੀ ਦੇਹ ਹਾਂ ਸਾਡਾ ਸਿਰ ਕੌਣ ਹੈ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਨੇ ਕਿਹਾ ਇਸ ਦੇਹ ਦੀ ਉਨਤੀ ਦੇ ਲਈ ਮੈਂ ਬੰਦੇ ਅਪੁਆਇੰਟ ਕਰਾਂਗਾ ਕਿ ਤੁਸੀਂ ਪਵਿੱਤਰ ਆਤਮਾ ਨਹੀਂ ਪਾਇਆ ਹੋਇਆ ਜੇ ਤੁਸੀਂ ਪਵਿੱਤਰ ਆਤਮਾ ਪਾਇਆ ਹੋਇਆ ਤੇ ਪਰਮੇਸ਼ਵਰ ਨੇ ਕਿਉਂ ਨਹੀਂ ਕਿਹਾ ਪਵਿੱਤਰ ਆਤਮਾ ਹੀ ਤੁਹਾਨੂੰ ਸਿਖਾਏਗਾ ਪਰਮੇਸ਼ਵਰ ਨੇ ਕਿਹਾ ਭਾਵੇਂ ਤੁਸੀਂ ਪਵਿੱਤਰ ਆਤਮਾ ਪਾਏ ਹੋਏ ਬੰਦੇ ਹੋ ਕਲੀਸਿਆ ਦੇ ਮੈਂਬਰ ਹੋ ਪਰ ਤੁਹਾਨੂੰ ਸਿੱਧ ਕਰਨ ਦੇ ਲਈ ਮੈਂ ਤੁਹਾਨੂੰ ਸਰਵੈਂਟ ਆਫ ਗੋਡ ਦੇਵਾਂਗਾ ਜਿਹੜੇ ਤੁਹਾਨੂੰ ਵਚਨ ਦੀ ਗਹਿਰਾਈ ਦੱਸਣਗੇ ਤੁਹਾਡੀ ਦੇਹ ਮੇਰੀ ਦੇਹ ਉਨਤੀ ਪਾਏਗੀ ਤੁਸੀਂ ਸਿੱਧ ਹੋਵੋਗੇ ਜਿਸ ਤਰ੍ਹਾਂ ਪੁਰਾਣੇ ਨਿਯਮ 'ਚ ਨਬੀ ਹੁੰਦੇ ਸੀ ਨਵੇਂ ਨਿਯਮ 'ਚ ਪ੍ਰੇਰਿਤ ਪ੍ਰੋਫੈਟਸ ਪਾਸਟਰਸ ਇਵੈਂਜਲਿਸਟ ਟੀਚਰਸ ਮੈਂ ਠਹਿਰਾਏ ਤਾਂ ਕਿ ਕਲੀਸਿਆ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਨਾ ਰਹੇ ਉਹ ਸਿੱਧ ਹੋਣ ਔਰ ਸਿੱਧ ਹੋਣ ਤੋਂ ਬਾਅਦ ਜਿਹੜਾ ਕੰਮ ਮੈਂ ਉਹਨਾਂ ਦੀ ਜ਼ਿੰਦਗੀ 'ਚ ਕਰਨਾ ਚਾਹੁੰਦਾ ਉਹ ਪੂਰਾ ਕਰ ਸਕਣ ਅੱਜ ਤੋਂ ਬਾਅਦ ਜਿਹੜਾ ਕੰਮ ਪਰਮੇਸ਼ਵਰ ਨੇ ਸੋਚਿਆ ਤੁਹਾਡੀ ਲਾਈਫ 'ਚ ਪੂਰਾ ਹੋਏ ਤੁਸੀਂ ਅਨੁਗ੍ਰਹਿ ਪਾਓ ਗ੍ਰੇਸ ਪਾਓ ਯਿਸੂ ਮਸੀਹ ਸਮਰਥੀ ਨਾਮ ਦੇ ਵਿੱਚ ਅੰਧਕਾਰ ਦੀਆਂ ਸ਼ਕਤੀਆਂ ਸ਼ਰਮਿੰਦਾ ਹੋਣ ਪਰਮੇਸ਼ਵਰ ਦੇ ਨਾਮ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਉੱਚੋਂ ਅਗਰ ਆਮੀਨ ਉੱਚਾ ਔਰ ਲੰਬਾ ਹੈ ਇਹ ਬਲੈਸਿੰਗ ਤੁਹਾਡੀ ਹੈ ਚਰਚ ਇਹ ਬਲੈਸਿੰਗ ਤੁਹਾਡੀ ਹੈ ਹੀਲਿੰਗ ਤੁਹਾਡੀ ਹੈ